ਸਿੰਘ ਖਾਲਸਾ ਪਿੰਡਰਾਂਵਾਲ ਵਾਲੇ ਉਹਨਾਂ ਦੇ ਜਨਮ ਸਥਾਨ ਗੁਰਦੁਆਰਾ ਸੰਤ ਖਾਲਸਾ ਉੱਥੇ ਖੜ੍ਹੇ ਹਾਂ ਅਤੇ ਜਿਵੇਂ ਤੁਸੀਂ ਜਾਣਦੇ ਹੋ ਕਿ ਅੱਜ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂਵਾਲ ਦੇ ਸਤਿਕਾਰਯੋਗ ਪਿਤਾ ਬਾਬਾ ਜੋਗਿੰਦਰ ਸਿੰਘ ਜੀ ਜਿਹਨਾਂ ਨੂੰ ਬਾਬਾ ਇਹ ਕੌਮ ਵੀ ਕਿਹਾ ਜਾਂਦਾ ਸੀ ਉਸ ਵੇਲੇ ਕੌਮ ਦੀ ਡੰਗੋਰੀ ਬਣੇ ਜਦੋਂ ਉਹਨਾਂ ਨੂੰ ਆਪ ਡੰਗੋਰੀ ਦੀ ਲੋੜ ਸੀ ਲੇਕਿਨ ਉਸ ਵੇਲੇ ਜਿਹੜੀ ਅਗਵਾਈ ਦਿੱਤੀ ਅੱਜ ਉਸ ਅਗਵਾਈ ਹੋ ਰਿਹਾ ਅਤੇ ਸਾਡੇ ਨਾਲ ਬਹੁਤ ਹੀ ਸਤਿਕਾਰਯੋਗ ਸਰਦਾਰ ਅਮਰਜੀਤ ਸਿੰਘ ਚਾਵਲਾ ਜਿਹੜੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵਿੱਚ ਵੀ ਅਹਿਮ ਇਹਨਾਂ ਦਾ ਯੋਗਦਾਨ ਰਿਹਾ ਜੋਧਪੁਰ ਜੇਲ੍ਹ ਦੇ ਵਿੱਚ ਜੇਲ੍ਹ ਵੀ ਕੱਟੀ ਆ ਅਤੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਉਹ ਐਜ਼ ਏ ਜਨਰਲ ਸਕੱਤਰ ਸੇਵਾ ਕਰ ਰਿਹਾ ਅਤੇ ਸਾਡੇ ਨਾਲ ਆਵਾਜ਼ ਕੌਮ ਟੀ ਵੀ ਦੇ ਨਾਲ ਉਹਨਾਂ ਦੀ ਜਿਹੜੀ ਭੇਟ ਹੋ ਗਈ ਆ ਅਤੇ ਉਹਨਾਂ ਦਾ ਰਾਹਾ ਲੈਣ ਵਾਸਤੇ ਉਹਨਾਂ ਦੇ ਵਿਚਾਰ ਜਾਣ ਵਾਸਤੇ ਆਪਾਂ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ। ਮੌਜੂਦਾ ਮੁੱਦਿਆਂ ਤੋਂ ਪਹਿਲਾਂ ਅਸੀਂ ਜ਼ਰੂਰ ਜਾਣਨਾ ਚਾਹਾਂਗੇ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਦੇ ਵਾਲਿਆਂ ਦੇ ਨਾਲ ਵੀ ਰਹੇ ਆ ਅਤੇ ਬਾਬਾ ਜੋਗਿੰਦਰ ਸਿੰਘ ਜੀ ਬਾਰੇ ਉਹਨਾਂ ਦਾ ਕੀ ਅਨੁਭਵ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਬਾਬਾ ਜੋਗਿੰਦਰ ਸਿੰਘ ਜੀ ਬਾਰੇ ਤੁਹਾਡਾ ਕੀ ਅਨੁਭਵ ਆ ਅੱਜ ਦੇ ਸੰਦਰਭ ਦੇ? ਦੇਖੋ, ਬਾਬਾ ਜੋਗਿੰਦਰ ਸਿੰਘ ਜੀ ਸਾਡੇ ਲਈ ਬਹੁਤ ਹੀ ਮਹਾਨ ਜਿੱਥੇ ਉਹ ਸੰਤ ਬਾਬਾ ਜੋਗਿੰਦਰ ਸਿੰਘ ਜੀ ਖਾਲਸਾ ਉੱਥੇ ਬਹੁਤ ਹੀ ਬ੍ਰਹਮ ਗਿਆਨਤਾ ਦੀ ਅਵਸਥਾ ਨੂੰ ਪੁੱਜੇ ਹੋਏ ਨੇ ਕਹਿ ਸਕਦਾ ਬੜੀ ਉੱਚੀ ਉੱਚੀ ਧਾਰਮਿਕ ਸ਼ਖਸੀਅਤ ਸਨ ਜਿਨ੍ਹਾਂ ਨੇ ਸੰਤ ਬਾਬਾ ਜੋਗਿੰਦਰ ਸਿੰਘ ਜੀ ਖਾਲਸਾ ਪਿੰਡਾਂ ਬਾਬਾ ਸੰਤ ਬਾਬਾ ਕਰਤਾਰ ਸਿੰਘ ਜੀ ਦੇ ਨਾਲ ਰਹਿ ਕੇ ਸਿੱਖਾਂ ਨੂੰ ਸਾਲ ਦੇ ਵਿੱਚ ਬਹੁਤ ਵੱਡੀਆਂ ਸੇਵਾਵਾਂ ਦਿੱਤੀਆਂ ਅਤੇ ਸਾਲ ਦੇ ਹਰ ਪ੍ਰੋਗਰਾਮ ਦੇ ਵਿੱਚ ਸਾਲ ਦੇ ਹਰ ਮਿਸ਼ਨ ਸੀ ਉਹਦੇ ਵਿੱਚ ਉਹਨਾਂ ਦਾ ਬੜਾ ਅਹਿਮ ਯੋਗਦਾਨ ਰਿਹਾ। ਇਹੀ ਕਾਰਨ ਸੀ ਕਿ ਜਦੋਂ ਪੰਥ 'ਤੇ ਬਹੁਤ ਵੱਡਾ ਸਮਾਂ ਆਇਆ ਜਦੋਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਾਂਵਾਲਿਆਂ ਨੇ ਧਰਤੀ ਦੇ ਮੋਰਚੇ ਦੇ ਦੌਰਾਨ ਬਹੁਤ ਵੱਡਾ ਜਿਹਾ ਸੰਘਰਸ਼ ਕੀਤਾ ਅਤੇ ਭਾਰਤੀ ਹਕੂਮਤ ਦੇ ਖਿਲਾਫ ਇੱਕ ਵਾਰੀ ਉਹਨਾਂ ਜੰਗ ਲੜੀ ਅਤੇ ਉਸਦੀ ਚਰਮ ਸੀਮਾ ਸੀ ਉਸ ਸੰਘਰਸ਼ ਦੀ ਜਦੋਂ ਦਰਬਾਰ ਸਾਹਿਬ ਉੱਤੇ ਫੌਜੀ ਹਮਲਾ ਕੀਤਾ ਗਿਆ ਅਤੇ ਤੋਪਾਂ ਟੈਂਕਾਂ ਦੇ ਨਾਲ ਸਾਡੇ ਪੁੱਤਰ ਗੁਰਧਾਮ ਸਾਡੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੱਖਾਂ ਦਾ ਕੇਂਦਰੀ ਧਾਰਮਿਕ ਸਥਾਨ ਹੈ ਜੋ ਸਿੱਖਾਂ ਦਾ ਕੇਂਦਰੀ ਸਾਡਾ ਰਾਜ ਸਭਾ ਦਾ ਸੰਪੰਨ ਰਾਜ ਸਭਾ ਦਾ ਕੇਂਦਰ ਹੈ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਭਾਰਤੀ ਹਕੂਮਤ 'ਤੇ ਹਮਲਾ ਕੀਤਾ ਹੈ ਉਸ ਵੇਲੇ ਬਹੁਤ ਵੱਡੀ ਲੜਾਈ ਸੀ ਜਿੱਥੋਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਨੇ ਧਰਮਾਂ ਦੀ ਪੁੱਤਰਤਾ ਕੌਮ ਦੀ ਅਜ਼ਮਤ ਅਤੇ ਕੌਮ ਦੀ ਕਣਕ ਸਵੈਮਾਨ ਨੂੰ ਜਿਹੜਾ ਬਰਕਰਾਰ ਰੱਖਦੇ ਹੋਏ ਉੱਥੇ ਉਹਨੇ ਆਪਣਾ ਬਲੀਦਾਨ ਦਿੱਤਾ ਕੁਰਬਾਨੀ ਦਿੱਤੀ ਆਜ਼ਾਦ ਮੁਕਤੀ ਦਿੱਤੀ ਉਹ ਇੱਕ ਸਮਾਂ ਸੀ ਜਦੋਂ ਕੌਮ ਦੇ ਸਾਹਮਣੇ ਇੱਕ ਬਹੁਤ ਵੱਡਾ ਸਵਾਲ ਆ ਖੜ੍ਹਾ ਹੋਇਆ ਸੀ ਕਿ ਅੱਗੋਂ ਇੱਡੀ ਵੱਡੀ ਲੜਾਈ ਤੋਂ ਬਾਅਦ ਕੀ ਬਣੇ ਕਿਉਂਕਿ ਲੀਡਰਸ਼ਿਪ ਵੀ ਸਾਰੀ ਅਕਾਲੀ ਦਲ ਦੀ ਲੀਡਰਸ਼ਿਪ ਜੇਲ੍ਹਾਂ ਵਿੱਚ ਚਲੀ ਗਈ ਫੈਡਰੇਸ਼ਨ ਦੀ ਲੀਡਰਸ਼ਿਪ ਜੇਲ੍ਹਾਂ ਵਿੱਚ ਚਲੀ ਗਈ ਭਾਈ ਅਮਰੀਕ ਸਿੰਘ ਜੀ ਸਾਡੇ ਉੱਥੇ ਸ਼ਹੀਦ ਹੋ ਗਏ ਉਸ ਵੇਲੇ ਕੋਈ ਜਦੋਂ ਰਾਹ ਨਹੀਂ ਸੀ ਲੱਭਦਾ ਕਿ ਬਾਬਾ ਜੋਗਿੰਦਰ ਸਿੰਘ ਜੀ ਨੇ ਆਪ ਆਪਣੀ ਬਜ਼ੁਰਗੀ ਦਾ ਆਪਣੀ ਵਡੇਰੀ ਉਮਰ ਦਾ ਕੋਈ ਖਿਆਲ ਨਾ ਰੱਖਦਿਆਂ ਹੋਇਆ ਉਹਨਾਂ ਨੇ ਉਸ ਵੇਲੇ ਸਿੱਖਾਂ ਦੀ ਜਿਹੜੀ ਹਕੂਮਤ ਸੀ ਸਿੱਖਾਂ ਦੀ ਜਿਹੜੀ ਦਰਦ ਸੀ ਉਹਨੂੰ ਮਹਿਸੂਸ ਕੀਤਾ ਅਤੇ ਉਹਨਾਂ ਨੇ ਉਸ ਵੇਲੇ ਜਿਹੜਾ ਕੌਮ ਨੂੰ ਅਗਵਾਈ ਦੇਣ ਦਾ ਫੈਸਲਾ ਕੀਤਾ। ਮੈਂ ਸਮਝਦਾ ਕਿ ਇਹ ਇੱਕ ਜੋ ਸਾਡੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੋਂ ਲੈ ਕੇ ਦਸਾਂ ਪਾਤਸ਼ਾਹੀਆਂ ਦੇ ਰੂਪ ਵਿੱਚ ਅਤੇ ਬਾਅਦ ਸਿੱਖਾਂ ਚੰਦਰਾਂ ਨੇ ਬਹਾਦਰਾਂ ਯੋਧਿਆਂ ਨੇ ਵਿਖੜੇ ਸਮਿਆਂ ਵਿੱਚ 16ਵੀਂ ਸਦੀ 17ਵੀਂ 18ਵੀਂ ਸਦੀ ਵਿੱਚ 19ਵੀਂ ਸਦੀ ਵਿੱਚ ਸਿੱਖਾਂ ਨੇ ਬਹੁਤ ਵੱਡੇ ਇਤਿਹਾਸ ਰਚੇ ਆ। ਬਾਬਾ ਜੋਗਿੰਦਰ ਸਿੰਘ ਵੀ ਇੱਕ ਉਹੋ ਜਿਹੀ ਰੂਹ ਸੀ ਪੰਥ ਦੀ ਜਿਹੜੀ ਜਰਨੈਲਾਂ ਵਰਗੀ ਰੂਹ ਸੀ ਜਿਹੜੀ ਮਹਾਂਪੁਰਖਾਂ ਵਰਗੀ ਰੂਹ ਸੀ ਸੰਤਾਂ ਵਰਗੀ ਰੂਹ ਸੀ ਸਿਪਾਹੀਆਂ ਵਰਗੀ
ਅਤੇ ਉਹਨਾਂ ਨੇ ਬਹੁਤ ਕਮਾਲ ਦੀ ਅਗਵਾਈ ਦਿੱਤੀ। ਉਹ ਵੱਖਰੀ ਗੱਲ ਹੈ ਕਿ ਸਾਡੀ ਕੌਮ ਦਾ ਇੱਕ ਬਹੁਤ ਵੱਡਾ ਦੁਖਾਂਤ ਹੈ ਕਿ ਅਸੀਂ ਆਪਣਿਆਂ ਦੇ ਪੈਰੀਂ ਆਪ ਹੀ ਘੋੜੇ ਮਾਰਦੇ ਹਾਂ। ਅਤੇ ਸਾਡਾ ਇੱਕ ਬੜਾ ਵੱਡਾ ਦੁਖਾਂਤ ਹੈ ਕਿ ਇਸ ਘਰ ਤੋਂ ਬਾਅਦ ਉਹ ਵੀ ਹਲਕੇ ਚਲਾਕ ਸੀ, ਅਸੀਂ ਜਿਹੜੀ ਟਾਹਣੀ ਦੇ ਵੇਲੇ ਉਹਦੇ ਹੀ ਅਸੀਂ ਜਿਹੜੀਆਂ ਰਖਤੇ ਬੰਨ੍ਹਣ ਦੀਆਂ ਟਾਹਣੀਆਂ ਕਰਦੇ। ਬਾਬਾ ਜਗਿੰਦਰ ਸਿੰਘ ਦਾ ਉਮਰ ਪੁੱਕ ਚੁੱਕੀ ਸੀ, ਮਾਣ ਸਨਮਾਨ ਵਾਲੀ ਕੋਈ ਕਸਰ ਨਹੀਂ ਸੀ ਜਿਹੜੀ ਨਹੀਂ ਸੀ ਭਗਤੋਂ ਮਿਲੀ। ਸੰਤ ਜਰਨੈਲ ਸਿੰਘ ਦਾ ਪਿਤਾ ਹੋਣਾ ਹੀ ਬੜੀ ਵੱਡੀ ਮਾਣ ਦੀ ਗੱਲ, ਉਹਨਾਂ ਨੂੰ ਕਿਸੇ ਚੀਜ਼ ਦਾ ਲਾਲਚ ਮੈਂ ਨਹੀਂ ਸਮਝਦਾ ਕੋਈ ਹੈਗਾ ਸੀ, ਮੈਂ ਬਹੁਤ ਨੇੜਿਓ ਕੇ ਵੇਖਿਆ। ਲੇਕਿਨ ਸਾਡੇ ਲੋਕਾਂ ਨੇ ਆਪਣੀ ਹੋਮੇ 'ਚ ਆਪਣੇ ਲਾਲਚ ਜਾ ਕੇ ਸਾਡਿਆਂ ਨੇ ਆਪਣਿਆਂ ਨੇ ਅੰਦਰੋਂ ਜਿਨ ਕੋ ਹਾਰ ਸਮਝਾ ਥਾ ਗਲਾ ਆਪਣਾ ਸਜਾਣੇ ਕਰੀਏ, ਉਹੀ ਕਾਲੇ ਨਾਗ ਬਣ ਬੈਠੇ ਮੇਰੇ ਕਾਰਖਾਨੇ ਕੋਲ, ਉਹੀ ਸਪਤ ਬਣ ਕੇ ਸਾਨੂੰ ਲੰਗ ਮਾਰਦੇ ਰਹੇ। ਬਾਬਾ ਜਗਿੰਦਰ ਸਿੰਘ ਦੀ ਸ਼ਕਤੀ ਨੂੰ ਸ਼ਕਤੀ ਤਾਂ ਅਸੀਂ ਦੁਸ਼ਮਣ ਦੀ ਕਮਜ਼ੋਰ ਕਰਨੀ, ਉਹ ਬਾਬਾ ਜਗਿੰਦਰ ਸਿੰਘ ਦੀ ਸ਼ਕਤੀ ਕਮਜ਼ੋਰ। ਬਹੁਤ ਵਧੀਆ ਗੱਲ ਕੀਤੀ ਤੁਸੀਂ, ਜ਼ਿਕਰ ਕੀਤਾ ਅੰਮ੍ਰਿਤਸਰ 84 ਦੇ ਘਰੇ ਦਾ, ਅਤੇ ਉਦੋਂ ਤਾਂ ਟੈਂਕਾਂ ਤੋਪਾਂ ਦੇ ਨਾਲ ਸਿੱਖਾਂ 'ਤੇ ਹਮਲਾ ਹੋਇਆ, ਅਤੇ ਉਹ ਸਿੱਖਾਂ ਨੇ ਮਤਲਬ ਉਹਦਾ ਮੁਕਾਬਲਾ ਵੀ ਕੀਤਾ ਅਤੇ ਉਹਦੇ 'ਚੋਂ ਸੁਰਖਰੂ ਹੋ ਕੇ ਨਿਕਲੇ ਵੀ ਆ। ਭਾਵ ਮੇਰਾ ਕਿ ਉਹ ਜਿਹੜੀ ਅਕਾਲ ਤਖਤ ਸਾਹਿਬ ਦੀ ਮਹੱਤਤਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਾਂ ਜਿਹੜੀਆਂ ਸਾਡੀਆਂ ਸੰਸਥਾਵਾਂ, ਜਿਹੜਾ ਉਹਨਾਂ ਦਾ ਸਤਿਕਾਰ ਸੀ, ਉਹ ਫਿਰ ਜਿਉਂ ਦਾ ਤਿਉਂ ਕਾਇਮ ਰੱਖਿਆ ਸਿੱਖਾਂ। ਪਰ ਅੱਜ ਸਿੱਖ ਦੇ ਅੰਦਰੋਂ ਮਤਲਬ ਜਿਹੜਾ ਸਤਿਕਾਰ ਆ, ਜਿਹੜੀਆਂ ਮਤਲਬ ਉੱਚੀਆਂ ਪਦਵੀਆਂ, ਚਾਹੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੋਵੇ, ਚਾਹੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ, ਭਾਵ ਕਿਸੇ ਵੀ ਸੰਸਥਾ ਦਾ ਕੋਈ ਮੁਖੀ ਹੋਵੇ, ਉਹ ਸਿੱਖਾਂ ਦੇ ਮਨਾਂ ਦੇ ਵਿੱਚੋਂ ਉਹਨੂੰ ਇੱਦਾਂ ਨਕਾਰਿਆ ਜਾ ਰਿਹਾ ਵੀ ਜਿੱਦਾਂ ਮਤਲਬ ਉਹ ਕੋਈ ਕੌਮ ਦਾ ਆਗੂ ਨਹੀਂ ਹੁੰਦਾ ਜਾਂ ਉਹ ਜਥੇਦਾਰ ਨਹੀਂ ਹੁੰਦਾ, ਮਤਲਬ ਉਹਦੇ ਨਾਂ ਦੇ ਥੱਲੇ ਉਸ ਸੰਸਥਾ ਨੂੰ ਜਿਹੜੀ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਸਾਨੂੰ ਦਿੱਤੀ ਆ ਸ਼੍ਰੀ ਅਕਾਲ ਤਖਤ ਸਾਹਿਬ ਦੀ, ਉਹਨੂੰ ਵੀ ਅਸੀਂ ਸੱਟ ਪਹੁੰਚਾ ਰਹੇ ਹਾਂ। ਇਹਦੇ ਬਾਰੇ ਐਜ ਏ ਸ਼੍ਰੋਮਣੀ ਕਮੇਟੀ ਜਨਰਲ ਸਕੱਤਰ ਤੁਸੀਂ ਕੀ ਸੋਚ? ਦੇਖੋ ਮੈਂ ਸਮਝਦਾ ਕਿ ਤੁਸੀਂ ਇੰਗਲੈਂਡ ਤੋਂ ਆਏ ਹਾਂ ਅਤੇ ਤੁਹਾਡੇ ਮਨ 'ਤੇ ਉਹ ਪ੍ਰਭਾਵ ਹੈ ਜੋ ਬਾਹਰਲੇ ਮੁਲਕਾਂ ਵਿੱਚ। ਹਾਂਜੀ, ਇਹ ਹਕੀਕਤ ਨਹੀਂ ਹੈਗੀ, ਗਰਾਊਂਡ ਰਿਐਲਿਟੀ ਇਹ ਨਹੀਂ ਹੈਗੀ ਜੋ ਤੁਸੀਂ ਕਹਿ ਰਹੇ। ਬਾਹਰਲੇ ਮੁਲਕਾਂ ਵਿੱਚ ਸਾਡੀ ਬੜਾ ਬੜਾ ਦਿਖਾਤ ਆ ਕਿ ਸਿੱਖ ਜਜ਼ਬਾਤੀ ਦਾ ਬਹੁਤ ਹੈ, ਪਿਆਰ ਵੀ ਕਰਦੇ ਆ, ਕੌਮ ਨੂੰ ਵੀ ਪਿਆਰ ਕਰਦੇ ਆ, ਸੰਤ ਜਰਨੈਲ ਸਿੰਘ ਨੂੰ ਵੀ ਪਿਆਰ ਕਰਦੇ ਆ। ਲੇਕਿਨ ਜਿਵੇਂ ਨਾ ਉਹ ਲੋਕ ਵੀ ਟਰੈਕ ਬੰਦਾ ਹੋ ਜਾਂਦਾ, ਕੋਈ ਉਹਨਾਂ ਨੂੰ ਸਹੀ ਸੇਧ ਨਹੀਂ, ਕੋਈ ਸਹੀ ਅਗਵਾਈ ਨਹੀਂ, ਉਹਦੇ ਦੋ ਕਾਰਨ। ਇੱਕ ਤਾਂ ਦੂਰ ਬੜੇ ਬੈਠੇ ਆ, ਰੋਜ਼ਾਨਾ ਡੇ ਟੂ ਡੇ ਸਾਡੇ ਕੋਲ ਵਿਚਾਰ ਨਹੀਂ ਸਾਂਝੇ ਹੁੰਦੇ। ਦੂਜਾ ਉੱਥੇ ਦਾ ਮੀਡੀਆ, ਉਹ ਕੁਝ ਲੋਕਾਂ ਨੇ ਨਾ ਆਪਣੀਆਂ ਰੋਟੀਆਂ ਬਣਾਈਆਂ। ਮੈਂ ਕੈਨੇਡਾ ਵੀ ਗਿਆ, ਇੰਗਲੈਂਡ ਵੀ ਗਿਆ, ਉਹਨਾਂ ਮੁਲਕਾਂ 'ਚ ਮੈਂ ਦੇਖਿਆ ਇੰਨੀਆਂ ਝੁੱਠੀਆਂ ਖਬਰਾਂ ਪ੍ਰਕਾਸ਼ਿਤ ਹੋਈ ਗਈਆਂ, ਇੰਨੀਆਂ ਝੂਠ ਬੋਲਿਆ ਗਿਆ। ਇੱਕ ਚੀਜ਼ ਨੂੰ ਝੂਠ ਨੂੰ 100 ਵਾਰ ਝੂਠ ਬੋਲ ਦਿਓ, ਸਿਆਣੇ ਕਹਿੰਦੇ ਸੱਚ ਬਣਦਾ। ਬਿਲਕੁਲ ਉਸੇ ਤਰ੍ਹਾਂ ਦੇਖੋ, ਇੱਥੇ ਸਰਬੱਤ ਖਾਲਸੇ ਹੋ ਗਏ, ਅੱਜ ਇਹਦਾ ਅਸਤੀਫਾ ਦੇ ਦਿਓ। ਕਿਉਂ ਦੇ ਗਿਆ ਅਸਤੀਫਾ? ਇਸ ਵਾਸਤੇ ਦੇ ਗਿਆ ਕਿ ਤਖ਼ਤ ਸੜਕਾਂ 'ਤੇ ਨਹੀਂ ਬਣਦੇ, ਤਖ਼ਤ ਸਤਿਗੁਰਾਂ ਨੇ ਸਥਾਪਿਤ ਕੀਤੇ ਆ ਅਤੇ ਉਹਨਾਂ ਥਾਵਾਂ 'ਤੇ ਬਹਿ ਕੇ ਸੇਵਾ ਹੁੰਦੀ ਹੈ। ਠੀਕ ਹੈ, ਅੱਜ ਕੈਲੰਡਰ ਦਾ ਮਸਲਾ ਆਇਆ, ਤੁਸੀਂ ਜਨਰਲ ਵੇਖੋ ਨਾ, ਜਿਹੜੇ ਲੋਕ ਵਿਰੋਧੀ ਆ ਉਹ ਤਾਂ ਗੁਰੂ ਨਾਨਕ ਸਾਹਿਬ ਵਾਲੇ ਵਿਰੋਧੀ ਸੀ। ਕੋਈ ਆਖੇ ਭੂਸਣਾ, ਕੋਈ ਕਹੇ ਬਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਲਾ, ਇਹ ਕਿਹੜਾ ਮਸਲਾ? ਪ੍ਰਿਥੀ ਚੰਦ ਵੀ ਗੁਰੂ ਘਰ 'ਚ ਹੋਇਆ, ਰਾਮ ਰਾਏ ਵੀ ਗੁਰੂ ਘਰ 'ਚ ਹੋਇਆ, ਇਹ ਤਾਂ ਕੋਈ ਐਡਾ ਵੱਡਾ ਮਸਲਾ ਨਹੀਂ। ਇਹ ਗੁਰੂ ਪ੍ਰਥਾ ਤੋਂ ਸਿੱਖਾਂ ਵੇਲੇ ਵੀ, ਜਰਨੈਲਾਂ ਵੇਲੇ ਵੀ, ਤੁਸੀਂ ਵੇਖੋਗੇ ਕਿੰਨੇ ਕਿੰਨੇ ਸਾਡੇ ਸਿੱਖ ਕੌਮ ਦੇ ਵੱਡੇ ਜਰਨੈਲ ਹੋਏ ਅਤੇ ਕਿੰਨੇ ਕਿੰਨੇ ਇਹਦੇ ਅੰਦਰ ਸੂਈਏ ਜਾ ਕੇ ਖਬਰਾਂ ਦਿੰਦੇ ਰਹੇ। ਇਹ ਹਮੇਸ਼ਾ ਹੀ ਮੇਰਾ ਮੈਂ ਦੱਸਦਾ ਤੁਹਾਨੂੰ, ਸਿੱਖ ਪੰਥ ਨਾਲ ਹਮੇਸ਼ਾ ਵਾਪਰਦਾ ਰਿਹਾ। ਇਹ ਜਿਹੜਾ ਤੁਸੀਂ ਕਹਿੰਦੇ ਕਿਸੇ ਨੇ ਨਹੀਂ ਦੁਰਕਾਇਆ, ਸੰਗਤਾਂ ਅਤੇ ਉੱਚੀਆਂ ਜਿਹੜੀਆਂ ਪੰਥ ਦੀਆਂ ਨੁਮਾਇੰਦਾ ਜਥੇਬੰਦੀਆਂ ਪੰਥ ਦੀਆਂ ਅਗਵਾਈ ਕਰਦੀਆਂ, ਉਹ ਸਾਰੇ ਆਪੋ ਆਪਣੀ ਥਾਂ 'ਤੇ
ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਦਮਦਮੀ ਟਕਸਾਲ ਹੈ, ਜਾਂ ਅਖੰਡ ਕੀਰਤਨੀ ਜਥਾ ਜਾਂ ਹੋਰ ਸੰਸਥਾਵਾਂ, ਸਾਰੇ ਪੰਥ ਨੂੰ ਸਮਰਪਿਤ ਹੈ ਅਤੇ ਪੰਥ ਦੇ ਨਾਲ ਖੜ੍ਹੇ ਅਤੇ ਅੱਜ ਵੀ ਖੜ੍ਹੇ। ਮੇਰਾ ਮੈਂ ਦਾਅਵੇ ਨਾਲ ਗੱਲ ਕਹਿੰਦਾ, ਆਹ 25 ਤਰੀਕ ਨੂੰ ਗੁਰਪੁਰਬ ਦਾ ਐਲਾਨ ਕੀਤਾ ਦਸੰਬਰ ਨੂੰ, ਤੁਸੀਂ ਦੇਖੋ ਕਿਵੇਂ ਸੰਗਤਾਂ ਮਨਾਉਂਦੀਆਂ। ਇਹਨਾਂ ਲੋਕਾਂ ਨੇ ਦੁਬਧਾ ਪਾਉਣ ਦੀ ਕੋਸ਼ਿਸ਼ ਕੀਤੀ, ਇਹਨਾਂ ਨੇ ਕੈਲੰਡਰ ਖਰਾਬ ਕੀਤਾ। ਕੈਲੰਡਰ ਜਿਹੜਾ 400 ਸਦੀਆਂ ਤੱਕ ਆਇਆ ਉਹਨੂੰ ਆਰ ਐੱਸ ਐੱਸ ਤੋਂ ਜਾਤੀ ਰੱਖ ਦਿਓ ਵਾਲੀ। ਤੁਸੀਂ ਦੇਖੋ ਜੇ ਤੁਸੀਂ ਕਹਿੰਦੇ ਖਰਾਬ ਕੀਤਾ ਤਾਂ ਉਹ ਸ਼੍ਰੋਮਣੀ ਕਮੇਟੀ ਨੇ ਜਾਂ ਉਦੋਂ 2004 'ਚ ਜਾਂ 3 ਦੇ ਵਿੱਚ ਮਾਨਤਾ ਕਿਉਂ ਦਿੱਤੀ ਸ਼੍ਰੋਮਣੀ ਕਮੇਟੀ? ਇਹੋ ਤਾਂ ਮੈਂ ਤੁਹਾਨੂੰ ਕਹਿ ਰਿਹਾ ਕਿ ਜੇ ਕੁਝ ਲੋਕਾਂ ਨੇ ਮਾਨਤਾ ਦਿੱਤੀ ਤਾਂ ਉਹਨੂੰ ਸਿੱਖ ਪੰਥ ਨੇ ਮਾਨਤਾ ਨਹੀਂ ਦਿੱਤੀ। ਉਹਨੂੰ ਸਿੱਖ ਪੰਥ ਨੇ ਐਡੇ ਸੋਹਣੇ ਢੰਗ ਨਾਲ ਮਹਾਂਪੁਰਖਾਂ ਦੀ ਇੱਕ ਬਹੁਤ ਜਿਹੜੀ ਵੱਡੀ ਮੈਂ ਸਮਝਦਾ ਸੰਪਰਦਾਵਾਂ ਦੀ, ਇਹਨਾਂ 10 ਸਾਲਾਂ ਦੇ ਵਿੱਚ ਇਹਨਾਂ ਦੀ ਪਰਖ ਸੀ, ਬੜੇ ਸੁਰਖੋ ਕੇ ਨਿਕਲੇ ਹੀ ਸੀ ਕਿ ਇਹਨਾਂ ਨੇ ਕਾਲ ਤਖਤਾਂ ਦਾ ਰੋਧ ਨਹੀਂ। ਇਹ ਬੇਨਤੀ ਦੇ ਰੂਪ 'ਚ ਲੱਗੇ ਰਹੇ ਅਤੇ 10 ਸਾਲ ਬਾਅਦ ਇੱਕ ਦਹਾਕਾ ਜ਼ਰੂਰ ਥੋੜ੍ਹਾ ਸੰਕਟ ਉਹ ਵੀ ਮਨ ਉੱਤੇ ਹਾਂਜੀ ਝੱਲਣਾ ਪਿਆ। ਤਾਂ ਭਾਅ ਜੀ ਇਹਨਾਂ ਨੇ ਕੋਈ ਸੰਕਟ ਪੰਥ 'ਚ ਨਹੀਂ ਪਾਇਆ, ਕੋਈ ਤੁਕਤਾ ਨਹੀਂ ਪਾਈ, ਕੋਈ ਬਿਆਨਬਾਜ਼ੀ ਨਹੀਂ ਕੀਤੀ, ਅਕਾਲ ਤਖਤ ਦੇ ਜਹਿਦਾਰ ਨੂੰ ਮਾੜਾ ਨਹੀਂ ਕਿਹਾ, ਅਤੇ ਅਕਾਲ ਤਖਤ ਦਾ ਜਹਿਦਾਰ ਵਿਕ ਗਿਆ ਹੋਵੇ, ਅਕਾਲ ਤਖਤ ਦਾ ਜਹਿਦਾਰ ਦਲਦਰ ਲੈ ਗਿਆ ਹੋਵੇ, ਅਕਾਲ ਤਖਤ ਦਾ ਜਹਿਦਾਰ ਦੇ ਬਾਰੇ ਖੰਦੇ ਤੋਂ ਖੰਦੇ ਲਫ਼ਜ਼ ਜਿਹੜੇ ਲੋਕ ਵਰਤਦੇ ਆ, ਇਹਨਾਂ ਦੀ ਕੋਈ ਹੋਂਦ ਨਹੀਂ ਤਾਂ। ਗੁਰੂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦਾ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਜੇ ਨਵਾਜੇ ਤਖ਼ਤ ਹੈ, ਉਹਨਾਂ ਤਖ਼ਤਾਂ 'ਤੇ ਜਿਹੜੇ ਵੀ ਸੇਵਾ ਪੰਥ ਜਿਹਨਾਂ ਨੂੰ ਸੌਂਪਦਾ ਉਹ ਬੰਦੇ ਮਾੜੇ ਆ ਚੰਗੇ ਆ ਪਰ ਗੁਰੂ ਲਾਜ ਰੱਖਦਾ ਅਤੇ ਅੱਜ ਵੀ ਰੱਖਦਾ। ਅਤੇ ਜਿਵੇਂ ਆਪਾਂ ਗੱਲ ਕਰੀਏ ਤਾਜ਼ਾ ਕੁਝ ਪ੍ਰਚਾਰਕਾਂ ਵੱਲੋਂ ਵੀ ਬਹੁਤ ਜਿਹੜੇ ਪ੍ਰਚਾਰਕ ਹੈ ਨਾ, ਮਤਲਬ ਸ਼ਰਧਾ ਤੋੜੀ ਜਾ ਰਹੀ ਆ ਜਿਹੜੇ ਪ੍ਰਚਾਰਕ ਹੈ ਨਾ, ਪ੍ਰਚਾਰਕ ਸੰਤ ਜਰਨੈਲ ਸਿੰਘ ਵਰਗੇ ਤੁਹਾਨੂੰ ਮਿਲਦੇ, ਬਾਬਾ ਗੁਰਬਚਨ ਸਿੰਘ ਵਰਗੇ, ਬਾਬਾ ਕਰਤਾਰ ਸਿੰਘ ਵਰਗੇ ਪ੍ਰਚਾਰਕ, ਬਾਬਾ ਹਰਨਾਮ ਸਿੰਘ ਵਰਗੇ ਪ੍ਰਚਾਰਕ, ਇਹਨਾਂ ਦੀਆਂ ਜ਼ਿੰਦਗੀਆਂ ਲੱਗੀਆਂ। ਇਹ 4 ਦਿਨਾਂ 'ਚ ਗੁਰੂ ਗ੍ਰੰਥ ਸਾਹਿਬ ਦੀ 3 ਸਾਲਾਂ ਦਾ ਡਿਪਲੋਮਾ ਨਹੀਂ ਇਹਨਾਂ ਨੇ ਕੀਤਾ, ਇਹਨਾਂ ਨੇ ਕੋਈ ਕਿਤਾਬਾਂ ਨਹੀਂ ਪੜ੍ਹੀਆਂ ਕਿਸੇ ਕਾਲਜ ਤੋਂ, ਗੁਰਬੱਧਾ ਕਾਲਜ ਆ ਜੀ, ਮਿਸ਼ਨਰੀ ਕਾਲਜ ਆ ਜੀ, ਉੱਥੋਂ ਲੈ ਕੇ ਕੋਈ ਕਿਤਾਬਾਂ ਪੜ੍ਹ ਕੇ ਪ੍ਰਚਾਰਕ ਨਹੀਂ ਬਣੇ। ਇਹਨਾਂ ਦੀਆਂ ਘਾਲਣਾਵਾਂ ਪ੍ਰਚਾਰ ਇਹਨਾਂ ਦਾ, ਇਹਨਾਂ ਦੀ ਜ਼ਿੰਦਗੀ ਬਾਬਾ ਜਰਨੈਲ ਸਿੰਘ ਵਰਗੇ 125 ਸੌ ਪਾਠ ਜਪਜੀ ਸਾਹਿਬ ਦਾ ਰੋਜ਼ ਕਰਦੇ ਸੀ, ਤਾਂ ਇੱਥੋਂ ਜਦੋਂ ਪਤਾ ਲੱਗਣਾ ਸੰਤ ਕਰਤਾਰ ਸਿੰਘ ਅਨੰਦਪੁਰ ਸਾਹਿਬ ਬੈਠਾ ਅਤੇ ਪੈਦਲ ਹੀ ਤੁਰ ਪੈਣਾ। ਇਹਨਾਂ ਦੀ ਘਾਲਣਾ ਪੰਥ ਦੇ ਹਰ ਮੋਰਚੇ 'ਚ, ਹਰ ਮੁਹਾਲ 'ਚ ਅਤੇ 24-24 ਘੰਟੇ ਸਾਸ ਗ੍ਰਾਹ, ਜਿਹਨਾਂ ਸਾਸ ਗ੍ਰਾਹ ਸਨ ਸੇ ਹਰ ਨਾਮਾ ਮਨ ਧਨ ਸੇ ਸ੍ਰੀ ਨਾਨਕਾ ਪੂਰਨ ਪੂਰਨ ਮਨੁੱਖ ਸਨ। ਇਹ ਇਸ ਵਾਸਤੇ ਜਿਹੜੇ ਤੁਸੀਂ ਪ੍ਰਚਾਰਕਾਂ ਦੀ ਗੱਲ ਕਰਦੇ ਨਾ, ਇਹਨਾਂ ਦਾ ਕੋਈ ਆਧਾਰ ਨਹੀਂ। ਇਹ 4 ਦਿਨ ਆਉਂਦੇ ਆ, ਡਰਾਮਾ ਕਰਦੇ ਆ, ਤੁਸੀਂ ਫਿਲਮ ਆਉਂਦੀ ਆ ਪਰਦੇ 'ਤੇ, ਫਿਲਮ ਲੱਗਦੀ ਆ, ਮਹੀਨਾ ਚੱਲਦੀ ਆ, ਕਹਿੰਦੇ ਵੀ ਬੋਕਸ ਆਫਿਸ ਫਿੱਟ ਹੋ ਹਿੱਟ ਹੋ ਗਈ, ਉਹ ਹਿੱਟ ਹੋ ਗਈ ਅਗਲੀ ਭੁੱਲ ਜਾਂਦੀ ਆ, ਅਗਲੀ ਫਿਲਮ ਆ ਜਾਂਦੀ ਹੈ। ਇਹ ਸਭ ਫਿਲਮਾਂ ਦੇ ਪਾਤਰ, ਇਹ ਸਮਾਜ ਦੇ ਪਾਤਰ ਹੈ, ਇਹਨਾਂ ਪ੍ਰਚਾਰਕਾਂ ਦਾ ਕੋਈ ਥਾਂ ਨਹੀਂ। ਪ੍ਰਚਾਰ ਅੱਜ ਵੀ ਜਿਉਂਦਾ, ਸੰਤ ਬਾਬਾ ਗੁਰਬਚਨ ਸਿੰਘ, ਸੰਤ ਸੁੰਦਰ ਸਿੰਘ, ਬਾਬਾ ਜਰਨੈਲ ਸਿੰਘ ਅੱਜ ਵੀ ਜਿਉਂਦਾ। ਤੁਸੀਂ ਦੇਖੋ ਅੱਜ 34 ਸਾਲ ਹੋ ਗਏ ਸੰਤ ਜਰਨੈਲ ਸਿੰਘ ਮਰਿਆ ਨਹੀਂ, ਜਿਉਂਦਾ। ਜਿਹੜੇ ਇਹ ਲੋਕ ਆ ਇਹਨਾਂ ਦੇ ਪ੍ਰਚਾਰ, ਇਹਨਾਂ ਦੀ ਜਿਹਨਾਂ ਦਾ ਜੀਵਨ ਪ੍ਰਚਾਰ ਹੈ। ਅੱਖਰਾਂ ਦਾ ਗਿਆਨ ਤਾਂ ਕਦੋਂ ਮਰਜ਼ੀ ਮੁੱਕ ਜਾਂਦਾ, ਅੱਖਰ ਉਦੋਂ ਹੀ ਬੋਲਦਾ ਜਦੋਂ ਜੀਵਨ ਨਾਲ ਜੁੜਦਾ। ਜੇ ਜੀਵਨ ਵਿੱਚ ਅੱਖਰ ਦਾ ਭੇਦ ਹੀ ਨਹੀਂ ਆਇਆ ਉਹਦਾ ਪ੍ਰਚਾਰ ਨਹੀਂ। ਇਹ ਪ੍ਰਚਾਰਕਾਂ ਦੀ ਕੋਈ ਹੋਂਦ ਨਹੀਂ। ਆਹ ਢੱਡਣੀਆਂ ਵਾਲਾ ਉੱਠ ਪਿਆ, ਕੱਲ੍ਹ ਤੱਕ ਆਪਣੇ ਸੰਤ ਨੂੰ ਉਹਦੇ ਨਾਂ ਲੈ ਕੇ ਇਹਦੀਆਂ ਮੈਂ ਤੁਹਾਨੂੰ ਰਿਕਾਰਡੀਆਂ ਕੱਢ ਕੇ ਦਿਖਾਵਾਂ। ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ ਇਹਨਾਂ ਦੇ ਵੱਡੇ ਹੋਏ, ਜਿਹਨਾਂ ਤੋਂ ਇਹਨੇ ਵਿੱਦਿਆ ਲਈ, ਉਹਨੂੰ ਯਾਦ ਕਰ ਕਰਕੇ ਸਟੇਜ 'ਤੇ ਰੋਂਦੇ ਰਹਿਣਾ। ਉਹ ਜਿਹੜਾ ਰੋਣਾ ਸੀ ਨਾ ਉਹਦੇ ਕਰਕੇ ਲੋਕ ਇਹਨੇ ਮਗਰ ਲੱਗੇ, ਕਿਉਂਕਿ ਵਿਰਾਗ 'ਚ ਲੈ ਆਉਂਦਾ ਸੀ ਸੰਗਤ ਨੂੰ। ਹੁਣ ਉਹ ਕਹਿੰਦਾ ਮੈਂ ਝੂਠਾ ਪ੍ਰਚਾਰ ਕੀਤਾ, ਆਪਣਾ ਜਿਹੜੇ ਪਿਓ ਦੀ ਪੱਗ ਸੰਗਤ 'ਚੋਂ ਛਾਲ ਸਕਦਾ, ਤੁਸੀਂ ਕਹਿੰਦੇ ਕਿ ਉਹ ਗੁਰੂ ਨੂੰ ਮਾਣਦਾ ਹੈਗਾ, ਆਹ ਤੁਹਾਡੇ ਸਾਹਮਣੇ ਛਾਲ ਠਹਿਰ ਜੋ ਵੇਖ ਲਓ।
ਕੱਖ ਨਹੀਂ ਕਰਨ ਦੀ ਲੋੜ, ਆਪਣੇ ਆਪ ਹੀ ਲੋਕ ਹੀ ਫੈਸਲਾ, ਸੰਗਤ ਫੈਸਲਾ ਕਰ, ਸੰਗਤ ਬਹੁਤ ਬਲਵਾਨ। ਇੱਕ ਸਾਲ ਹੋ ਗਿਆ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ, ਅਤੇ ਤੁਹਾਡੇ ਜਿਹੜੇ ਪ੍ਰਧਾਨ ਹੈ ਪ੍ਰੋਫੈਸਰ ਗੁਰਪਾਲ ਸਿੰਘ ਜੀ ਮਨਿੰਦਰ, ਅਤੇ ਕਿਵੇਂ ਦਾ ਅਨੁਭਵ ਰਿਹਾ ਵਾ ਸਾਲ ਕੰਮ ਕਰਨ ਦਾ? ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਵੱਡੀ ਸਮੁੱਚੇ ਸੰਸਾਰ 'ਚ ਵਾਸਤੇ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਹੈ। ਭਾਵੇਂ ਦਾ ਦਾਇਰਾ ਸੀਮਤ ਹੈ, ਲੇਕਿਨ ਇਹ ਸਮੁੱਚੀਆਂ ਸਿੱਖਾਂ ਦੀਆਂ ਭਾਵਨਾਵਾਂ ਨਾਲ, ਕੁਰਬਾਨੀਆਂ ਨਾਲ, ਸਿੱਖਾਂ ਦੀਆਂ ਸ਼ਹੀਦੀਆਂ ਨਾਲ, ਬੜੇ ਵੱਡੇ ਸੰਘਰਸ਼ ਨਾਲ ਇਹ ਕਮੇਟੀ ਬਣੀ ਸੀ। ਉਸ ਵੇਲੇ ਇੱਕੋ ਕਮੇਟੀ ਸੀ ਪੰਥ ਦੀ, ਅਤੇ ਸਾਰਿਆਂ ਨਾਲੋਂ ਵੱਡੀ ਪ੍ਰਮੁੱਖ ਧਾਰਮਿਕ ਸਥਾਨ ਗੁਰਧਾਮ ਸਿੱਖਾਂ ਦੇ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਕਰਦੇ, ਅਤੇ ਬਹੁਤ ਵੱਡਾ ਨਿਸ਼ਾਨਾ ਅਤੇ ਮਿਸਲਾ ਸਾਨੂੰ ਸਤਿਗੁਰਾਂ ਨੇ ਸੇਵਾ ਬਖਸ਼ਿਸ਼ ਕੀਤੀ। ਸੇਵਾ ਸੰਤਾਂ ਉਹਦੀ ਨਹੀਂ ਕਰਨੀ, ਅਸੀਂ ਤਾਂ ਮੂਰਖ ਬੰਦੇ ਹਾਂ, ਕਿਉਂਕਿ ਸੇਵਾ ਕੁਛ ਜਾਣੋ ਨੀਚ ਗੁਰੂ ਖਾਰੇ ਵਾਲੀ ਗੱਲ ਹੈ। ਗੁਰਪੀਰਾਂ ਕੀ ਚਾਕਰੀ ਮਾਂ ਕਰਨੀ ਸੁਖਸਾਰ, ਇਹ ਬੁੱਕ ਕਰਨੀ, ਇਹ ਕਰਨੀ ਬਹੁਤ ਔਖੀ ਹੈ, ਲੇਕਿਨ ਸਤਿਗੁਰੂ ਦੇ ਆਪੇ ਦਿੱਤੀ ਹੈ ਅਤੇ ਆਪੇ ਕਰਾਈ ਕਰੀ ਜਾਂਦੇ ਆ। ਅਤੇ ਇਸ ਸਮੇਂ 'ਚ ਧਰਮ ਪ੍ਰਚਾਰ ਦੀ ਲਹਿਰ ਨੂੰ ਪਹਿਲੀ ਵਾਰ ਆ ਕੇ ਬਹੁਤ ਵੱਡੇ ਪੱਧਰ 'ਤੇ ਕਰਾਇਆ ਗਿਆ। ਪਿੰਡ ਪਿੰਡ ਸ਼੍ਰੋਮਣੀ ਕਮੇਟੀ ਦੇ ਮੈਂਬਰ ਗਏ, ਉਸ ਤੋਂ ਬਾਅਦ ਜਿਹੜੀਆਂ ਪੰਥੀਆਂ ਵੱਡੀਆਂ ਸ਼ਖਸੀਅਤਾਂ ਜਿਨ੍ਹਾਂ ਦੀਆਂ ਪੈੜਾਂ 'ਚ ਪੈਰ ਰੱਖ ਕੇ ਆਪਾਂ ਅੱਗੇ ਜਾਣਾ ਸੀ, ਪੰਥ ਥੋੜ੍ਹਾ ਜਿਹਾ ਭੁੱਲ ਗਿਆ ਸੀ। ਪ੍ਰੋਫੈਸਰ ਗੁਰਦੇਵ ਸਾਹਿਬ ਨੇ ਬੜਾ ਵੱਡਾ ਫੈਸਲਾ ਲਿਆ ਸ਼੍ਰੋਮਣੀ ਕਮੇਟੀ ਦੇ ਪ੍ਰੋਜੈਕਟ ਵਿੱਚ ਕਿ ਆਪਾਂ ਉਹਨਾਂ ਸ਼ਖਸੀਅਤਾਂ ਦੇ ਦਿਲ ਬਣਾਏ। ਅਸੀਂ ਭਾਈ ਮਰਦਾਨਾ ਜੀ ਤੋਂ ਲੈ ਕੇ ਭਾਈ ਗੁਰਦਾਸ ਜੀ, ਭਾਈ ਘਨੱਈਆ ਜੀ ਵਰਗੇ ਮਹਾਂਪੁਰਸ਼, ਇਸੇ ਤਰ੍ਹਾਂ ਜਿੰਨੇ ਮਹਾਂਪੁਰਖ ਵੱਡੇ ਵੱਡੇ ਹੋਏ, ਮਸਤੂਆਂ ਵਾਲੇ ਮਹਾਂਪੁਰਖ, ਬਾਬਾ ਬਲਵੰਤ ਸਿੰਘ ਜੀ ਲੰਗਰਾਂ ਵਾਲੇ ਮਹਾਂਪੁਰਖ, ਲੱਖੀ ਸ਼ਾਹ ਆਪਣਾ ਹੰਜਾਰਾ, ਪੱਖਣ ਸ਼ਾਹ ਲਵਾਣਾ, ਅਜਿਹੀਆਂ ਸ਼ਖਸੀਅਤਾਂ ਵੱਡੀਆਂ, ਸਾਡੀਆਂ ਮਾਤਾਵਾਂ ਦੇ ਦਿਨ, ਪੰਜਾਂ ਪਿਆਰਿਆਂ ਦੇ ਦਿਨ, ਹੋਰ ਸਾਰਿਆਂ ਦੇ ਦਿਨ, ਉਹ ਵੀ ਬਣੇ ਇਸ ਵਾਸਤੇ ਕਿ ਇਹ ਸਾਡੀਆਂ ਪੀੜ੍ਹੀਆਂ ਲਈ ਪ੍ਰੇਰਨਾ ਸੀ। ਅਤੇ ਮੈਂ ਸਮਝਦਾ ਕਿ ਇੱਕ ਸਾਲ ਦੇ ਵਿੱਚ ਥੋੜ੍ਹਾ ਸਮਾਂ ਹੁੰਦਾ, ਜੇ ਇਵੇਂ ਸੇਵਾ ਲੱਗੇ ਰਹਾਂਗੇ ਤਾਂ ਮਾਲਕ ਕਿਰਪਾ ਕਰੇਗਾ, ਪੰਥ 'ਚ ਜਨਮ ਬਦਲ। ਅਤੇ ਇੱਕ ਜਿੱਦਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਸੀਂ ਦੇ ਵਿੱਚ ਉਹਨਾਂ ਅਨੁਭਵ ਕਰੀ, ਪਰ ਬਾਹਰ ਦੇਖੇ ਲੋਕ ਜਿੱਦਾਂ ਤੁਸੀਂ ਆਪ ਨੂੰ ਜ਼ਿਕਰ ਵੀ ਕੀਤਾ, ਉਹਨਾਂ ਨੂੰ ਇਹੀ ਜਿੱਦਾਂ ਡਰ ਰਹਿੰਦਾ ਜਾਂ ਉਹਨਾਂ ਦਾ ਮਨ ਦੇ ਵਿੱਚ ਇਹ ਰਹਿੰਦਾ ਪ੍ਰਭਾਵ ਕਿ ਜਿਹੜਾ ਸ਼੍ਰੋਮਣੀ ਕਮੇਟੀ ਦਾ ਜੋ ਵੀ ਫੈਸਲਾ ਹੁੰਦਾ ਆ ਉਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਸਮੇਂ ਦਾ ਪ੍ਰਧਾਨ ਆ, ਇਹ ਕਹਿ ਲਈਏ ਸਿੱਧੇ ਰੂਪ 'ਚ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ ਦਾ ਹੁਕਮ ਚੱਲਦਾ, ਤੁਸੀਂ ਆਪਣੇ ਆਪ ਕੁਝ ਨਹੀਂ ਕਰੋ? ਮੈਂ ਪੂਰੀ ਗੱਲ ਕਹਿ ਸਕਦਾ, ਮੈਂ ਝਕਦਾ ਨਹੀਂ। ਸ਼੍ਰੋਮਣੀ ਅਕਾਲੀ ਦਲ ਕਮੇਟੀ ਕੋਈ ਫਰਕ ਨਹੀਂ, ਸ਼੍ਰੋਮਣੀ ਅਕਾਲੀ ਦਲ ਨੇ ਲੜਾਈ ਲੜ ਕੇ ਸ਼੍ਰੋਮਣੀ ਕਮੇਟੀ ਸਥਾਪਿਤ ਕੀਤੀ ਹੈ। ਅੱਜ ਅਸੀਂ ਹਰ ਗੱਲ ਨੂੰ ਸਿਆਸੀ ਨਿਗਾਹ ਨਾਲ ਵੇਖਣ ਲੱਗ ਗਏ, ਜਿੱਦਣ ਸ਼੍ਰੋਮਣੀ ਅਕਾਲੀ ਦਲ ਸਿੱਖਾਂ 'ਚੋਂ ਖਤਮ ਹੋ ਗਿਆ, ਸਮਝ ਲਓ ਸਿੱਖਾਂ ਦੀ ਸਿਆਸੀ ਧਿਰ ਖਤਮ ਹੋ ਗਈ। ਅੱਜ ਇਹ ਖੜ੍ਹਾ ਕੋਈ ਅਤੇ ਸ਼੍ਰੋਮਣੀ ਅਕਾਲੀ ਦਲ ਹੀ ਆ, ਧਰਮ ਜੁਰ ਮੋਰਚਾ ਸੰਤ ਬਾਬਾ ਜਨੈਲ ਸਿੰਘ ਖਾਲਸਾ ਭਿੰਡਰਾਂਵਾਲ ਨੇ ਵੇਖਦਾ ਰਿਹਾ, ਉਦੋਂ ਵੀ ਬੜੇ ਲੋਕਾਂ ਨੇ ਯਤਨ ਕੀਤਾ ਕਿ ਇਹਨਾਂ ਨੂੰ ਵੱਖ ਕਰ ਦਈਏ। ਸੰਤਾਂ ਨੇ ਕਹਿਣਾ ਮੈਂ ਤੁਹਾਡੇ ਆਖੇ ਲਾ ਕੇ ਪੰਥ ਤੋਂ ਵੱਖ ਨਹੀਂ ਹੋਣਾ, ਇਹ ਤਾਂ ਮੈਨੂੰ ਸੰਤਾਂ ਦੇ ਕਰਮ ਨੂੰ ਯਾਦ ਆ, ਸੰਤਾਂ ਦੇ ਤਾਂ ਮੈਨੂੰ ਪਹਿਲਾਂ ਹੀ ਕਾਂਗਰਸ ਦਾ ਏਜੰਟ ਕਹਿੰਦੇ ਆ, ਅਤੇ ਤੁਸੀਂ ਮੈਨੂੰ ਅਕਾਲੀ ਦਲ ਤੋਂ ਵੱਖ ਕਰਕੇ ਪੱਕਾ ਕਰਨਾ ਚਾਹੁੰਦੇ ਹੋ ਕਿ ਨਹੀਂ ਮੈਂ ਕਾਂਗਰਸ ਦਾ? ਆ ਇੱਦਾਂ ਹੀ ਮੇਰੇ ਖਿਆਲ ਜਵਾਬ ਬਹੁਤ ਹੈ ਕਿ ਅਕਾਲੀ ਦਲ ਕਿੱਡੀ ਵੱਡੀ ਜਮਾਤ ਹੈ, ਸੰਤ ਜਨੈਲ ਸਿੰਘ ਦੇ ਸ਼ਹੀਦਾਂ ਦੀ ਜਥੇਬੰਦੀ ਆ, ਅਤੇ ਸਾਡੇ ਵੱਡਿਆਂ ਵਡੇਰਿਆਂ ਨੇ, ਬਜ਼ੁਰਗਾਂ ਨੇ, ਇਹਨਾਂ ਸਾਰਿਆਂ ਨੇ, ਪ੍ਰਕਾਸ਼ ਸਿੰਘ ਬਾਦਲ ਕੋਈ ਮੁਸਲਮਾਨ ਨਹੀਂ ਗਾ, ਕੋਈ ਹਿੰਦੂ ਜਾਂ ਕੋਈ ਆਰ ਐੱਸ ਐੱਸ ਨਹੀਂ, ਬਾਦਲ ਵੀ ਸਿੱਖਾਂ ਦਾ। ਦੇਖੋ, ਭਰਾਵਾਂ 'ਚ ਇਖਤਲਾਫ ਹੋ ਜਾਣਾ, ਭਰਾਵਾਂ ਦੇ ਵਿੱਚ ਵਖਰੇਵਾਂ ਪੈ ਜਾਣਾ, ਕਿਹੜੇ ਘਰ 'ਚ ਵੰਡੀਆਂ ਨਹੀਂ ਪੈਂਦੀਆਂ ਜ਼ਮੀਨਾਂ ਦੀਆਂ, ਜਾਇਦਾਦਾਂ ਦੀਆਂ, ਪਰਿਵਾਰਾਂ ਦੀਆਂ, ਪੁੱਤਰਾਂ ਤੋਂ ਲੜ ਪੈਂਦੇ ਆ, ਜਨਾਨੀਆਂ ਤੋਂ ਲੋਕ ਲੜ ਪੈਂਦੇ ਆ, ਤਾਂ ਮਸਲਾ ਹੀ ਨਹੀਂ, ਇਹ ਤੱਕ ਮਨ ਮਨ ਦੀ ਲੱਕੜ ਇਕੱਠੀ ਹੋਈ ਹੁੰਦੀ ਆ, ਇਹਨਾਂ ਨੂੰ ਲੈ ਕੇ ਚੱਲਣਾ ਬਹੁਤ ਔਖਾ। ਦੇਖੋ, ਸਿੱਖਾਂ ਨੂੰ ਚਾਹੀਦਾ ਜਿਨ੍ਹਾਂ ਦੇ ਮਨ ਵਿੱਚ ਆਪਣੀ ਕੌਮ ਦੇ ਪ੍ਰਤੀ ਸ਼ਰਧਾ ਹੈ, ਕੌਮ ਦੇ ਪ੍ਰਤੀ ਦਰਦ ਹੈ, ਉਹ ਦਰਦ ਸਿੱਖਾਂ ਨੂੰ ਪਾੜਨ 'ਚ ਨਹੀਂ ਪੂਰਾ ਹੋਣਾ, ਸਿੱਖਾਂ ਨੂੰ ਜੋੜਨ 'ਚ ਪੂਰਾ ਹੋਣਾ। ਜਦੋਂ ਜੱਸਾ ਸਿੰਘ ਆਹਲੂਵਾਲੀਆ ਲੜ ਰਹੇ ਸੀ ਨਾ ਘੱਲੂ ਘਾਰੇ ਦੇ ਵਿੱਚ, ਅਤੇ ਸਿੱਖ ਮਿਸਲਾਂ ਪਾੜ ਗਈਆਂ,
ਉਦੋਂ ਫਿਰ ਜੱਸਾ ਸਿੰਘ ਆਹਲੂਵਾਲੀਆ ਬਹੁਤ ਸਿਆਣਾ ਸਰਦਾਰ ਸੀ, ਉਹਨੇ ਕਿਹਾ ਸੀ ਕਿ ਮਿਸ਼ਨ ਵੰਡ ਆਪ ਕਾਬੂ ਹੋਣਾ ਪਾਵੋ, ਰਲ ਮਿਲ ਖੜ ਤੁਰ ਪੰਥ ਬਚਾ। ਉਹ ਕਹਿੰਦੇ ਅੱਜ ਹੁਣ ਸਮਾਂ ਨਹੀਂ ਵੰਡ ਪਾਉਣ ਦਾ, ਦੁਸ਼ਮਣ ਨੂੰ ਤਾਂ ਅਸੀਂ ਲੜਦੇ ਨਹੀਂ, ਆਪਸ 'ਚ ਲੜੀ ਜਾਂਦੇ ਹਾਂ, ਤੇਰੇ ਮੇਰੇ ਖਿਲਾਫ਼ ਕਿਰਪਾਨ ਕੱਢ ਲੈਣਗੇ, ਭੈਣ ਦੁਸ਼ਮਣ ਕੋਲ ਦੀ ਲੰਘਿਆ ਫਿਰਦਾ ਉਹਨੂੰ ਜਾ ਕੇ ਜੱਫੀਆਂ ਪਾ ਕੇ ਮਿਲਦੀ, ਉਹਨੂੰ ਚਾਹਵਾਂ ਵੀ ਪਿਉਂਦੇ। ਅੱਜ ਚਾਹੇ ਕੋਈ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣਿਆ, ਕਾਂਗਰਸ ਦਾ ਬਣਿਆ ਨਾ, ਕੈਪਟਨ ਨੂੰ ਬੜਾ ਵੱਡਾ ਸਿੱਖ ਮੰਨੀ ਫਿਰਦੇ ਹਾਂ। ਜਿਹੜਾ ਰਾਜਾ ਵੀ ਬਣਿਆ, ਜਿਹੜਾ ਉਹ ਇੱਕ ਕੀ ਹੈ ਜੀ, ਅਸਤੀਫਾ ਦਿਆ, ਮੁੜ ਕੇ ਉਸੇ ਇੰਦਰਾ ਦੀ ਚੱਪੀਆਂ ਝਾੜਦਾ ਰਿਹਾ, ਉਹੀ ਕੈਪਟਨ, ਉਹੀ ਕੈਪਟਨ ਮੈਨੂੰ ਖੁਦ, ਜਿਹੜੇ ਤੁਸੀਂ ਕਹਿੰਦੇ ਕਿ ਅਸੀਂ ਕੈਪਟਨ ਬੜਾ ਤਕੜਾ ਸਿੱਖ ਆ, ਮੇਰੇ ਬਾਰੇ ਅਤੇ ਵਿਰਸਾ ਸਿੰਘ ਮਟੂਆ ਬਾਰੇ ਬੋਲਿਆ ਉੱਥੇ ਵਿਧਾਨ ਸਭਾ 'ਚ ਕਿ ਪ੍ਰਕਾਸ਼ ਸਿੰਘ ਬਾਦਲ, ਉਹ ਬਾਦਲ ਨੂੰ ਵੇਖੋ ਕਿਵੇਂ ਗਾਲ ਕੱਢ ਰਿਹਾ, ਕਿ ਪ੍ਰਕਾਸ਼ ਸਿੰਘ ਬਾਦਲ ਨੇ ਦੋ ਅੱਤਵਾਦੀਆਂ ਨੂੰ ਵੱਡੇ ਅਹੁਦੇ ਦਿੱਤੇ, ਫਿਰ ਤੁਸੀਂ ਫੈਸਲਾ ਕਰੋ ਬਾਦਲ ਵੱਡਾ ਕਿ ਕੈਪਟਨ ਵੱਡਾ, ਸਿੱਖ ਬਾਦਲ ਕਿ ਕੈਪਟਨ। ਇਹ ਕੈਪਟਨ ਦਾ ਆਪਣਾ ਬਿਆਨ ਹੈ, ਬੜੀਆਂ ਵੱਡੀਆਂ ਅਖਬਾਰਾਂ 'ਚ, ਵਧੀਆ ਇੰਗਲਿਸ਼ ਦੀਆਂ ਅਖਬਾਰਾਂ 'ਚ ਸਟੇਟਮੈਂਟ ਆਈ ਕਿ ਦੋ ਅੱਤਵਾਦੀ ਵੱਡਿਆਂ ਨੂੰ ਜਿਹੜੇ ਪਿੰਡਰਾਂ ਦੇ ਸਾਥੀ ਰਹੇ ਉਹਨਾਂ ਨੂੰ ਬਾਦਲ ਨੇ ਅਹੁਦੇ ਦੇ ਦਿੱਤੇ, ਫਿਰ ਸਿੱਖ ਫਿਰ ਕਿਹੜਾ ਵੱਡਾ ਹੋਇਆ, ਉਹਦੇ ਦੇਣ ਵਾਲਾ ਕਿ ਖੋਣ ਵਾਲਾ। ਅਤੇ ਜਿਵੇਂ ਤੁਸੀਂ ਗੱਲ ਚਲੋ ਵਧੀਆ ਜਵਾਬ ਦਿੱਤਾ, ਹੁਣ ਇੱਕ ਤਾਜ਼ਾ ਜਿੱਦਾਂ ਮਤਲਬ 29 ਤਰੀਕ ਨੂੰ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਹੋਈ, ਅਤੇ ਪ੍ਰਧਾਨ ਦੀ ਚੋਣ ਦੇ ਵਿੱਚ ਕਾਫੀ ਜਿੱਦਾਂ ਲੋਕਾਂ ਦੇ ਨਾਂ ਜੋ ਅਖਬਾਰਾਂ 'ਚ ਆ ਰਹੇ, ਅਤੇ ਇਹ ਸੱਚ ਪਤਾ ਨਹੀਂ ਕੀ ਹੈ, ਤੁਸੀਂ ਵੀ ਇਸ ਦੌੜ 'ਚ ਹੈਗੇ? ਕੋਈ ਬੰਦਾ ਦੌੜ 'ਚ ਹੋਵੇ ਜਾਂ ਨਾ ਹੋਵੇ ਮੈਟਰ ਨਹੀਂ ਕਰਦਾ, ਇਹ ਸ਼੍ਰੋਮਣੀ ਅਕਾਲੀ ਦਲ ਨੇ ਜਿੱਤਿਆ ਹੋਇਆ ਹਾਊਸ ਆ, ਜਿਵੇਂ ਪੰਜਾਬ ਵਿੱਚ ਸਰਕਾਰ ਕਾਂਗਰਸ ਦੀ ਹੁਣ ਬਣ ਗਈ, ਪਿਛਲੀ ਵਾਰੀ ਅਕਾਲੀ ਦਲ ਦੀ ਸੀ, ਇਹਨਾਂ ਲੋਕਾਂ ਨੇ ਸਿੱਧੂ ਇਹੋ ਗੱਲ ਕਹਿੰਦੇ ਆ ਵੀ ਵੋਟਾਂ ਪਈਆਂ, ਲੋਕਾਂ ਨੇ ਇੱਕ ਪਾਰਟੀ ਜਿੱਤ ਲਈ, ਹੁਣ ਐਰਕਾ ਕਾਂਗਰਸ ਨੂੰ ਜਿਤਾਦਾ ਬਣ ਗਿਆ। ਮੁੱਖ ਮੰਤਰੀ ਨੂੰ ਕੱਲ੍ਹ ਪ੍ਰਕਾਸ਼ ਸਿੰਘ ਬਾਦਲ ਕਹੇ ਵੀ ਮੈਂ ਜਾ ਕੇ ਮੁੱਖ ਮੰਤਰੀ ਦੀ ਕੁਰਸੀ 'ਤੇ ਬਹਿਣਾ, ਮੈਂ ਤੈਨੂੰ ਵਿਧਾਨ ਸਭਾ 'ਤੇ ਨਹੀਂ ਜਾਣ ਦੇਣਾ, ਗੱਲ ਹੀ ਨਾ ਬਣਦੀ, ਇਵੇਂ ਅਕਾਲੀ ਦਲ ਦੇ ਇਲੈਕਸ਼ਨ ਜਿੱਤੀ ਹੋਈ ਆ। ਅਕਾਲੀ ਦਲ ਦੀ ਹਾਈਕਮਾਂਡ ਬੈਠ ਕੇ ਸਾਰੇ ਮੈਂਬਰਾਂ ਦੀ ਮੀਟਿੰਗ ਹੋਏਗੀ, ਉਹਦੇ ਵਿੱਚ ਨਿਰਣਾ ਹੋਏਗਾ। ਇਹ ਬਿਲਕੁਲ ਡੈਮੋਕਰੇਟਿਕ ਸਿਸਟਮ ਹੈ, ਇਹਦੇ 'ਚ ਜਿਹੜੇ ਵਿਰੋਧੀ ਆ ਨਾ ਉਹ ਜਿਹੜੇ ਹੱਥ ਨਾਲ ਆਪਣੇ ਥੂ ਕੌੜੀ, ਉਹ ਥੂ ਥੂ ਕਰਦੇ ਫਿਰਦੇ ਗੱਲ ਕੌੜੀ। ਫੈਸਲੇ ਪਾਰਟੀ ਦੇ ਲੈਵਲ 'ਤੇ, ਮੈਂਬਰਾਂ ਦੇ ਲੈਵਲ 'ਤੇ ਤਾਂ ਨਹੀਂ ਹੁੰਦੇ, ਮੈਂਬਰਾਂ ਦੀ ਸਹਿਮਤੀ। ਅਤੇ ਇੱਕ ਲਿਖਾਰੀ ਵੱਲੋਂ ਅਕਾਲ ਤਖ਼ਤ ਸਾਹਿਬ ਨੂੰ ਕੋਰਟ ਦੇ ਵਿੱਚ ਚੈਲੰਜ ਕੀਤਾ ਗਿਆ, ਅਤੇ ਉਹਦੇ ਮਤਲਬ ਉਹਦੇ ਬਾਰੇ ਸ਼੍ਰੋਮਣੀ ਕਮੇਟੀ, ਦੇਖੋ ਜੀ ਮਹਾਰਾਜ ਕਹਿੰਦੇ ਪੜ ਅੱਖਰ ਇਹੋ ਬੁੱਧੀਆ, ਲਿਖਾਰੀ ਹੁੰਦੇ ਵਿਦਵਾਨ ਪੜ੍ਹੇ ਲਿਖੇ, ਗੁਰਬਾਣੀ ਦਾ ਕਹਿੰਦੀ ਪੜ ਅੱਖਰ ਇਹੋ ਬੁੱਧੀਆ, ਮੂਰਖੇ ਨਾਲ ਨਾ ਲੁੱਝੀਏ, ਅਤੇ ਆਪਾਂ ਜ਼ਰੂਰ ਲੁੱਝਣਾ ਛੱਡੋ, ਉਹਦਾ ਕੀ ਜ਼ਿਕਰ ਕਰਨਾ। ਅਤੇ ਆਖਿਰ ਦੇ ਵਿੱਚ ਵਿਦੇਸ਼ੀ ਜਿੱਦਾਂ ਤੁਸੀਂ ਕਿਹਾ ਵੀ ਸਿੱਖਾਂ ਦੇ ਥੋੜ੍ਹੇ ਵਿਚਾਰ ਮਥੇਮੇ ਆ, ਲੇਕਿਨ ਆਪਾਂ ਇਹਨਾਂ ਨੂੰ ਲਾ ਕੇ ਕਿੱਦਾਂ ਲਿਆ? ਮੈਂ ਤਾਂ ਕਹਿ ਰਿਹਾ ਕਿ ਸਾਡਾ ਉਹਨਾਂ ਜਜ਼ਬਾਤ ਬੜੇ ਨੇ, ਧਰਮ ਬੜਾ, ਮਨ 'ਚ ਪਿਆਰ ਅਤੇ ਦਰਦ ਬੜਾ, ਲੇਕਿਨ ਉਹਨਾਂ ਨੂੰ ਚਾਹੀਦਾ ਸਰੀਆ ਤੋਂ ਸੰਗ, ਉਹ ਇੱਥੇ ਦੇ ਲੋਕਾਂ ਨੂੰ ਸੰਪਰਕ ਕਰਨ, ਕੌਮ ਆਪਣੀ ਇੱਕ ਆ, ਦੁਨੀਆ 'ਚ ਆਪਾਂ ਦਾ ਇਹ ਦੇਣਾ, ਆਪਾਂ ਰੌਲਾ ਤਾਂ ਇਹ ਪਾਉਂਦੇ ਰਹੇ ਹੁਣ ਤੱਕ ਵੀ, ਸਿੱਖ ਇੱਕ ਇਹੋ ਜਿਹੀ ਕੌਮ ਹੈ ਜਿਹਨਾਂ ਕੋਲ ਇੱਕ ਅਕਾਲ ਤਖ਼ਤ ਅਤੇ ਇੱਕ ਹਰਿਮੰਦਰ ਹੈ। ਹੁਣ ਤਾਂ ਆਪਾਂ ਅਕਾਲ ਤਖ਼ਤ ਹੀ ਵੱਖਰਾ ਬਣਾ ਕੇ ਬਹਿ ਗਏ ਸੀ, ਉਹ ਵਿਚਾਰਾ ਚਲੋ ਉਦੋਂ ਸਿਆਣਾ ਨਿਕਲਿਆ, ਅਜਨਾਲਾ ਸਾਹਿਬ ਅਸਤੀਫਾ ਦੇ ਗਿਆ, ਅਤੇ ਬਾਕੀਆਂ ਨੇ ਕਿਹੜੀ ਕੌਮ ਦੀ ਅਗਵਾਈ ਕਰੀ, ਉੱਥੇ 40-50 ਹਜ਼ਾਰ ਦੇ ਘੱਟ ਤਾਂ ਅਕਾਲੀ ਦਲ ਰੋਜ਼ ਕਰ ਲੈਂਦਾ। ਕੱਲ੍ਹ ਨੂੰ ਇਹ ਹਰਥਾਂ ਦੀ ਜਹੇਦਰ ਥਾਪ ਆਇਆ ਕਰਨਗੇ, 5-5 ਕਹਿਣਗੇ ਲੋਕ ਸਰਬੱਤ ਖਾਲਸਾ ਹੋਗਾ ਜੀ, ਲੋਕ ਜਹੇਦਰ ਇੱਥੋਂ ਦੇ ਮਾਲਵੇ ਦੇ ਜਹੇਦਰ ਆ, ਅਤੇ ਮਾਝੇ ਦੇ ਆ, ਅਤੇ ਦੁਆਬੇ ਦੇ ਆ, ਥੋੜ੍ਹੀ ਬਣਦਾ। ਆਫਟਰਆਲ ਇਹ ਚੀਜ਼ਾਂ ਬਹੁਤ ਵੱਡੇ ਯਤਨਾਂ ਦੇ ਨਾਲ ਬਣ ਗਈਆਂ, ਅਤੇ ਸਾਨੂੰ ਵੱਡੇ ਯਤਨ ਰੱਖ ਕੇ ਇਕੱਠਾ ਰੱਖਣਾ ਚਾਹੀਦਾ, ਮੇਰੀ ਬੇਨਤੀ। ਬਹੁਤ ਬਹੁਤ ਚਾਵਲਾ ਸਾਹਿਬ ਧੰਨਵਾਦ ਤੁਹਾਡਾ, ਤੁਸੀਂ ਸਮਾਂ ਦਿੱਤਾ ਅਵਾਜ਼ੀ ਕੰਮ ਟੀਵੀ ਵੱਲੋਂ, ਬਹੁਤ ਬਹੁਤ ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਵਾਜ਼ੀ ਕੰਮ ਟੀਵੀ ਦੇ ਦਰਸ਼ਕੋ, ਅੱਜ ਅਸੀਂ ਪਿੰਡ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ, ਉਹਨਾਂ ਦੇ